खेती आर्डिनेंस बिल को ले यूथ पंजाब कांग्रेस वाइस प्रेसिडेंट ने कहा कि एसडीएम और डीसी अंबानी अडानी की सुनेंगे किसानों की नहीं। कांग्रेस के जनरल सेक्रेटरी राहुल गांधी जी के पंजाब दौरे के दौरान आज जटपुरा में राहुल गांधी जी के स्वागत के लिए पहुंचे पंजाब यूथ के कार्यकर्ताओं ने जमकर राहुल गांधी जिंदाबाद कांग्रेस जिंदाबाद के नारे लगाए और नारों में ये भी कहा दिल्ली ये तेरे नाम ने चंगे फिर कहेगी। बागी जमे और इस मौके पंजाब यूथ पंजाब के वाइस प्रधान जसविंदर सिंह जसी ने कहा कि भाजपा सरकार मोदी ने खेती आर्डिनेंस बिल के काले कानून को पास कर किसानों की जिंदगी के साथ खिलवाड़ किया और अंबानी और अंडानी जैसे बड़े मगरमच्छों को और भी मजबूत किया। उन्होंने कहा कि उनके इस बिल से अगर किसी भी किसान या पार्टी में कोई कहा सुनी या गड़बड़ होती है तो किसी भी किसान वीर को कोर्ट जाने की इजाज़त नहीं बल्कि उनका फैसला एसडीएम और डीसी ही करेंगे। कहा कि पंजाब और हरियाणा के किसान वीर समझदार हैं कि किसी भी इलाके का एसडीएम या डीसी अंबानी अडानी ग्रुप की ही सुनेगा ना कि किसानों की। और भी कई नुकसान है इस काले कानून के, इसलिए पार्टी के जनरल सेक्रेटरी राहुल गांधी पंजाब दौरे पर किसानों को जागरूक करने आए और ऐसा उन्होंने मोगा रैली से शुरुआत कर दी है। वे किसानों को उनका हक दिवाकर ही रहेंगे। पंजाब ब्यूरो चीफ दविंदर जैन के साथ रिपोर्ट गुरप्रीत सिंह, कैमरामैन जोगिंदर सिंह की रिपोर्ट, खबर फास्ट 24। यूथ कांग्रेस जिंदाबाद, सोनिया गांधी जिंदाबाद, सोनिया गांधी जिंदाबाद, राहुल गांधी जिंदाबाद, राहुल गांधी जिंदाबाद, कैप्टन अमरिंदर सिंह जिंदाबाद, कैप्टन अमरिंदर सिंह जिंदाबाद। आओ जी थोड़ी अभी गल कराने जसविंदर सिंह जस्सी, यूथ कांग्रेस पंजाब वाइस प्रेजिडेंट। हाँ जी जस्सी जी, अज अपने जो कांग्रेस वालों प्रोटेस्ट हो रहा राहुल गांधी के आने पर, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਰਾਹੁਲ ਗਾਂਧੀ ਜੀ ਅੱਜ ਪੰਜਾਬ ਦੇ ਵਿੱਚ ਜੋ ਪਿਛਲੇ ਸਮੇਂ 'ਚ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੇ ਜੋ ਕੇਂਦਰ ਦੀ ਸਰਕਾਰ ਤਾਂ ਉਹਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਕਹਿ ਰਹੀ ਹੈ, ਪਰ ਇਹ ਪੂਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹੈ ਤਾਂ ਸਮੁੱਚੇ ਦੇਸ਼ ਭਰ ਲਈ ਹੈ, ਪਰ ਜ਼ਿਆਦਾ ਆਕਰੋਸ਼ ਜਾਂ ਗੁੱਸਾ ਜਿਹੜਾ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ 'ਤੇ ਇਹਦੀ ਮਾਰ ਪੈਣ ਵਾਲੀ ਹੈ। ਜ਼ਿਆਦਾ ਜਿਹੜੇ ਪ੍ਰਦਰਸ਼ਨ ਇਹ ਦੋ ਸੂਬਿਆਂ ਦੇ ਵਿੱਚ ਹੋ ਰਹੇ ਆ, ਸੋ ਉਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ, ਤੇਜ਼ ਕਰਨ ਦੇ ਲਈ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਜੀ, ਸਮੁੱਚੀ ਕਾਂਗਰਸ ਪਾਰਟੀ ਅੱਜ ਇੱਥੋਂ ਮੋਗੇ ਜ਼ਿਲ੍ਹੇ ਤੋਂ ਇਸ 3 ਦਿਨਾਂ ਦਾ ਜਿਹੜਾ ਦੌਰਾ ਉਹਨਾਂ ਨੇ ਸ਼ੁਰੂ ਕਰਨਾ ਅਤੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਇਹਨੂੰ ਹੋਰ ਬਲ ਦੇ ਲਈ, ਮਜ਼ਬੂਤੀ ਦੇਣ ਲਈ ਕਾਂਗਰਸ ਪਾਰਟੀ ਆਪਣਾ ਯੋਗਦਾਨ ਪਾ ਰਹੀ ਹੈ। ਜਿਹੜਾ MSB ਬਿੱਲ ਆਇਆ ਇਹਦੇ ਬਾਰੇ ਦੱਸੋ ਤੁਸੀਂ, ਕੀ ਇਹਦੇ ਵਿੱਚ ਖਾਮੀਆਂ ਹੈਗੀਆਂ, ਕੀ ਗੱਲਬਾਤ ਹੈ? ਖਾਮੀਆਂ ਦੇਖੋ, ਇਹ 'ਚ 3 ਜਿਹੜੇ ਬਿੱਲ ਕੇਂਦਰ ਦੀ ਸਰਕਾਰ ਨੇ ਪਾਰਿਤ ਕੀਤੇ ਆ, ਸਭ ਤੋਂ ਪਹਿਲਾਂ ਤਾਂ MSP 'ਤੇ ਲੋਕਾਂ ਨੂੰ ਸਰਕਾਰ ਦੇ ਉੱਪਰ ਵਿਸ਼ਵਾਸ ਹੀ ਨਹੀਂ ਰਿਹਾ। ਹਾਲਾਂਕਿ ਕਿਹਾ ਵੀ ਜਾ ਰਿਹਾ ਵੀ MSP ਮਿਲੂਗੀ, ਪਰ ਪ੍ਰਾਈਵੇਟ ਜਿਹੜੀਆਂ ਓਪਨ ਮੰਡੀ ਕਰਤੀ ਆ ਸਾਰੇ ਦੇਸ਼ ਦੇ ਵਿੱਚ। ਤੁਸੀਂ ਇੱਕ ਗੱਲ ਦੇਖੋ ਵੀ ਇਹ ਇੱਕ ਆਮ ਕਿਸਾਨ, ਫੋਰ ਐਗਜ਼ਾਮਪਲ, ਪਹਿਲਾਂ ਤਾਂ ਆਪਾਂ ਆੜ੍ਹਤੀ ਕੋਲ ਫਸਲ ਆਪਣੀ ਵੇਚਦੇ ਸੀਗੇ, ਠੀਕ ਆ, ਨੇੜੇ ਨੇੜੇ ਮੰਡੀਆਂ ਅਸੀਂ ਜਾ ਕੇ ਉੱਥੇ ਵੇਚ ਲੈਂਦੇ ਹਾਂ। ਇਹ ਕਹਿੰਦੇ ਅਸੀਂ ਪੂਰੇ ਦੇਸ਼ ਲਈ ਮਤਲਬ ਓਪਨ ਕਰਤਾ, ਪਲੇਟਫਾਰਮ ਵੱਡਾ ਦੇਤਾ ਕਿਸਾਨਾਂ ਨੂੰ। ਮੰਨ ਲਿਆ ਅਸੀਂ, ਠੀਕ ਆ, ਅੱਜ ਮੋਗੇ ਦੇ ਵਿੱਚ 50,000 ਨੂੰ ਦੀ ਫਸਲ ਵਿਕ ਰਹੀ ਹੈ ਕਿੱਲੇ ਦੀ, ਮਹਾਰਾਸ਼ਟਰ 70,000 ਦੀ ਵਿਕ ਰਹੀ ਹੈ। ਇੱਕ ਆਮ ਕਿਸਾਨ ਮਹਾਰਾਸ਼ਟਰ 'ਚ ਔਖਾ ਸੌਖਾ ਜਾ ਕੇ, ਪਹਿਲਾਂ ਤਾਂ ਉਹਨੂੰ ਜਾਣਾ ਹੀ ਔਖਾ ਉੱਥੇ, ਪਹਿਲੀ ਗੱਲ ਤਾਂ ਜਾ ਕੇ ਉਹਨੇ ਵੇਚ ਵੀ ਲਈ ਆਪਦੀ 70,000 ਨੂੰ, 3 ਦਿਨ ਦਾ ਉੱਥੇ ਫਸਲ 'ਚ ਪੈਸੇ ਦੇਣ ਦਾ ਟਾਈਮ ਰੱਖਿਆ ਹੋਇਆ। ਇੱਕ ਅੰਬਾਨੀ ਅੰਡਾਨੀ ਨਾ ਆਮ ਕਿਸਾਨ ਜੇ ਵੇਚ ਵੀ ਆਇਆ 70,000 ਨੂੰ, ਕਹਿਣਗੇ ਚਲੋ ਕੱਲ੍ਹ ਨੂੰ ਤੇਰੇ ਖਾਤੇ 'ਚ ਪੈਸੇ ਪਾ ਦਿਆਂਗੇ, ਉੱਥੋਂ ਵਾਪਸ ਆ ਜਾਂਦਾ, ਕੌਣ ਉਹਦਾ ਜ਼ਿੰਮੇਵਾਰ ਆ? ਕੌਣ ਮਹਾਰਾਸ਼ਟਰ 'ਚ ਵਿਚਾਰੇ ਨੂੰ ਪੈਸੇ ਦਵਾ ਲਿਆਊਗਾ? ਫਿਰ ਸਭ ਤੋਂ ਵੱਡੀ ਖਾਮੀ ਹੈ, ਕਹਿੰਦੇ ਜੀ ਜੇ ਕੋਈ ਮਸਲਾ ਪੈਦਾ ਹੁੰਦਾ, ਕੋਈ ਝਗੜਾ ਹੁੰਦਾ ਕੰਪਨੀ ਦੇ ਜਾਂ ਕਿਸਾਨ ਦੇ ਵਿੱਚ ਪੈਦਾ ਹੁੰਦਾ, ਉਹਦੇ ਵਿੱਚ ਤੁਸੀਂ ਕੋਰਟ ਦੇ ਵਿੱਚ ਜਾ ਕੇ ਨਹੀਂ ਉਹਦੀ ਅਪੀਲ ਕਰ ਸਕਦੇ। SDM ਅਤੇ DC ਤੱਕ ਹੀ ਤੁਹਾਡੀ ਅਪਰੋਚ ਆ। ਤੁਸੀਂ ਹੁਣ ਇਸ ਗੱਲ ਦਾ ਹਰ ਬੰਦਾ, ਆਮ ਕਿਸਾਨ, ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ ਜਾਗਰੂਕ ਆ ਵੀ ਜਿਹੜਾ
SDM ਜਾਂ DC ਆ ਉਹ ਮਾਨੀਆਂ ਅਡਾਨੀਆਂ ਦੀ ਸੁਣਨਗੇ, ਜਿਹੜੇ ਦੇਸ਼ ਦੀ ਸਰਕਾਰ ਚਲਾਉਂਦੇ ਜਾਂ 5 ਕਿੱਲੇ ਵਾਲੇ ਕਿਸਾਨ ਦੀ ਸੁਣਨਗੇ? ਇੱਕ ਸਰ ਆਪਣੇ ਜਿਵੇਂ ਸੈਂਟਰ ਗਵਰਨਮੈਂਟ ਅਤੇ ਜਿਵੇਂ ਮੋਦੀ ਸਰਕਾਰ ਜਿਹੜੀ ਹੈਗੀ ਹੈ ਕਹਿੰਦੇ ਜਿਹੜੇ ਵੀ ਫੈਸਲੇ ਕਰਦੀ ਹੈ ਵਾਪਸ ਨਹੀਂ ਮਿਲਦੀ, ਇਹਦੇ ਬਾਰੇ ਜੇ ਤੁਹਾਡਾ ਹੁਣ ਇਹ ਪ੍ਰੋਟੈਸਟ ਚੱਲ ਰਿਹਾ ਇਹ ਕਿਸ ਹੱਦ ਤੱਕ ਜਾਊਗਾ? ਅਸੀਂ ਮੋਦੀ ਦੀ ਸਰਕਾਰ ਨੂੰ ਥੋੜ੍ਹਾ ਜਿਹਾ ਪਿਛਲਾ ਪੰਜਾਬ ਦਾ ਇਤਿਹਾਸ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਪੰਜਾਬ ਨੇ ਹਮੇਸ਼ਾ ਜਦੋਂ ਵੀ ਚਾਹੇ ਦੇਸ਼ 'ਤੇ ਭੀੜ ਪਈ ਹੈ, ਚਾਹੇ ਦੇਸ਼ 'ਤੇ ਕੋਈ ਬੁਰਾ ਵਕਤ ਆਇਆ, ਚਾਹੇ ਇਹਦੀ ਸਰਹੱਦਾਂ ਦੀ ਰਾਖੀ ਕਰਨ ਦੀ ਗੱਲ ਆਈ ਹੈ, ਚਾਹੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਆਈ ਹੈ, ਅੱਜ ਵੀ ਸਮੁੱਚੇ ਦੇਸ਼ ਭਰ ਦੇ ਕਿਸਾਨਾਂ 'ਤੇ ਭੀੜ ਪਈ ਹੈ। ਮੋਦੀ ਸਰਕਾਰ ਨੇ ਇੱਕ ਕਾਲਾ ਕਾਨੂੰਨ ਉਹਨਾਂ ਦੇ ਗਲੇ ਦੇ ਵਿੱਚ ਪਾਇਆ ਹੈ ਅਤੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਪੰਜਾਬ ਹਮੇਸ਼ਾ ਮੋਹਰੀ ਸੂਬਾ ਰਿਹਾ ਕੁਰਬਾਨੀਆਂ ਦੇਣ ਦੇ ਵਿੱਚ, ਮਿਸਾਲ ਪੈਦਾ ਕਰਨ ਦੇ ਵਿੱਚ ਅਤੇ ਮਿਸਾਲ ਪੈਦਾ ਕਰਨ ਦੇ ਵਿੱਚ। ਅਸੀਂ ਪੰਜਾਬ ਦੇ ਵਿੱਚੋਂ ਫਿਰ ਇੱਕ ਪੂਰੇ ਦੇਸ਼ ਭਰ ਦੇ ਜਿਹੜੇ ਕਿਸਾਨ ਆ ਪੰਜਾਬ ਨੂੰ ਇੱਕ ਉਮੀਦ ਦੇ ਰੂਪ 'ਚ ਦੇਖ ਰਹੇ ਆ ਵੀ ਇੱਥੋਂ ਇੱਕ ਕ੍ਰਾਂਤੀ ਉੱਠੇਗੀ ਅਤੇ ਕਾਨੂੰਨ ਜਿਹੜਾ ਇਹ ਕੇਂਦਰ ਦੀ ਸਰਕਾਰ ਨੂੰ ਵਾਪਸ ਲੈਣਾ ਪਏਗਾ। ਠੀਕ ਹੈ, ਧੰਨਵਾਦ ਜੀ।